आज जालंधर शहर के पीएपी चौक में एक बड़ा धरना प्रदर्शन किया जा रहा है। अगर आप जालंधर से बाहर जा रहे हैं तो सावधान होने की जरूरत है, क्योंकि आज वाल्मीकि समाज सफाई कर्मचारियों, चतुर्थ श्रेणी कर्मचारी और फायर ब्रिगेड कर्मचारी द्वारा अपनी मांगों को लेकर पंजाब सफाई मजदूर फेडरेशन के चेयरमैन चंदन गेवाल के नेतृत्व में पीएपी चौक पर विशाल धरना लगाया गया है। इस दौरान जालंधर से बाहर जाने वाले लोगों को काफी परेशानी का सामना करना पड़ रहा है। ये धरना सुबह 11 बजे से शुरू हुआ था और बताया जा रहा है कि 4 बजे तक ये धरना लगातार चलेगा। वहीं इस मौके पर एक युवक का रोष देखने को मिला और उस युवक ने धरने की सबसे बड़ी वजह भी बताई है, आप भी सुनिए। ਸਾਡੀ ਮੰਗ ਇਹ ਆ ਜੀ, ਪੰਜਾਬ ਫਾਇਰ ਬ੍ਰਿਗੇਡ ਦੇ ਪੂਰੇ ਮੁਲਾਜ਼ਮਾਂ ਤੇ ਸਫਾਈ ਕਰਮਚਾਰੀਆਂ ਦੀ, ਪੰਜਾਬ ਫਾਇਰ ਬ੍ਰਿਗੇਡ ਦੇ ਵਿੱਚ ਨਵੀਂ ਪੱਕੀ ਭਰਤੀ ਆ ਰਹੀ ਆ, ਜਿਹੜੇ ਕਿ ਪੁਰਾਣੇ 5 ਸਾਲਾਂ ਤੋਂ, 7 ਸਾਲਾਂ ਤੋਂ, 10 ਸਾਲਾਂ ਤੋਂ ਮੁਲਾਜ਼ਮ ਲੱਗੇ ਹੋਏ ਨੇ। ਉਹ ਮੁਲਾਜ਼ਮਾਂ ਨੂੰ ਇੱਕ ਸਾਈਡ ਤੇ ਕੱਚਾ ਰਹਿਣ ਦਿੱਤਾ ਗਿਆ ਤੇ ਨਵੀਂ ਭਰਤੀ ਕਰਕੇ ਨਵੇਂ ਫਰੈਸ਼ਨਰ ਬੰਦੇ ਰੱਖੇ ਗਏ ਆ। ਇਹ ਸਰਕਾਰ ਦੀ ਕਿੱਥੋਂ ਦੀ ਵਧੀਆ ਪਾਲਿਸੀ ਆ। ਤੁਸੀਂ ਇੱਕ ਪਾਸੇ 5 ਸਾਲ ਪੁਰਾਣਾ ਤਜਰਬੇਕਾਰ ਬੰਦੇ ਤੋਂ ਕੰਮ ਕਰਵਾਓ, ਇੱਕ ਪਾਸੇ ਨਵੇਂ ਅੱਜ ਲਿਆਂਦੇ ਤੋਂ ਕੰਮ ਕਰਵਾਓ, ਦੋਵਾਂ 'ਚੋਂ ਵੇਖੋ ਕਿਹੜਾ ਵਧੀਆ ਕੰਮ ਕਰਦਾ। ਇੰਨੀਆਂ ਗਲੀਆਂ ਸ਼ਹਿਰ ਦੀਆਂ ਆਟੋ ਵਾਲਿਆਂ ਨੂੰ ਨਹੀਂ ਪਤਾ, ਇੰਨੇ ਚੌਕ ਆਟੋ ਵਾਲਿਆਂ ਨੂੰ ਨਹੀਂ ਪਤਾ ਜਿੰਨੇ ਸਾਨੂੰ ਪਤਾ। ਅੱਗ ਫਿਰ ਲੱਗਦੀ, ਅਸੀਂ ਪਹਿਲਾਂ ਉਸ ਲੋਕੇਸ਼ਨ 'ਤੇ ਪਹੁੰਚ ਜਾਂਦੇ ਹਾਂ। ਜੇ ਤੁਹਾਨੂੰ ਮੈਂ ਇੱਥੋਂ ਚੱਕ ਕੇ ਦਿੱਲੀ ਭੇਜਦਾ, ਮੈਂ ਕਹਾਂ ਉੱਥੇ ਅੱਗ ਲੱਗੀ, ਤੁਸੀਂ ਰਸਤਾ ਲੱਭ ਲਓਗੇ, ਤੁਸੀਂ ਕੋਈ ਚੌਂਕ ਲੱਭ ਲਓਗੇ। ਅਸੀਂ ਜਿਹੜੇ ਜਿਹੜੇ ਸ਼ਹਿਰਾਂ 'ਚ ਪੰਜਾਬ ਫਾਇਰ, ਪੂਰੇ ਪੰਜਾਬ ਫਾਇਰ ਤੋਂ ਬੰਦੇ ਹਾਂ, ਅਸੀਂ ਚਾਹੁੰਦੇ ਹਾਂ ਕਿ ਸਾਨੂੰ ਇਹਨਾਂ ਸ਼ਹਿਰਾਂ ਵਿੱਚ ਪੱਕਾ ਕਰ ਦਿੱਤਾ ਜਾਵੇ, ਤਾਂ ਜੋ ਅਸੀਂ ਲੋਕਾਂ ਦੇ ਜਾਨ ਮਾਲ ਦੀ ਰੱਖਿਆ ਕਰਕੇ ਸ਼ਹਿਰ ਨੂੰ ਸਹੀ ਸਲਾਮਤ ਰੱਖ ਸਕੀਏ। ਸਰ, ਕਬ ਸੇ ਆਪਕੀ ਇਹ ਮੰਗ ਚੱਲੀ ਹੈ ਸਰਕਾਰ ਕੇ ਪ੍ਰਤੀ? 7 ਸਾਲ ਹੋ ਗਏ, 7 ਤੋਂ ਵੀ 10 ਸਾਲ ਹੋ ਗਏ। ਕੀ ਕਮੀ ਆ ਰਹੀ ਹੈ ਜੋ ਸਰਕਾਰ 7 ਸਾਲੋਂ ਸੇ ਨਹੀਂ ਸੁਣ ਪਾ ਰਹੀ ਹੈ? ਕੋਈ ਪਤਾ ਨਹੀਂ, ਸਾਨੂੰ ਆਊਟ ਆਫ ਸੋਰਸ ਰੱਖਿਆ ਹੋਇਆ। ਸਾਡੀਆਂ ਕਾਰਪੋਰੇਸ਼ਨ ਤੋਂ 20,000 ਰੁਪਇਆ ਜਾਂਦਾ ਪੰਜਾਬ ਸਰਕਾਰ ਦੇ ਅਕਾਊਂਟ ਤੇ, ਸਾਨੂੰ ਸਿਰਫ 10 ਦਿੱਤਾ ਜਾਂਦਾ, 10 ਠੇਕੇਦਾਰ ਖਾ ਰਿਹਾ। ਸਾਨੂੰ ਪੱਕੇ ਕਰਕੇ ਸਾਡੀ 20,000 ਤਨਖਾਹ ਹੀ ਦੇ ਦਿਓ, ਸਾਨੂੰ ਹੋਰ ਕੀ ਚਾਹੀਦਾ। ਸਰਕਾਰ ਤਾਂ 20,000 ਹੀ ਦੇ ਰਹੀ ਨਾ, ਜਿਹੜਾ 10,000 ਵਿੱਚ ਠੇਕੇਦਾਰ ਖਾ ਰਿਹਾ ਉਹਨੂੰ ਕੱਢ ਦਿਓ, ਸਾਨੂੰ 20 ਦੇ ਦਿਓ, ਤਨਖਾਹ ਪੇ ਸਕੇਲ ਘੱਟ ਕਰ ਦਿਓ, ਬੰਦੇ ਤਾਂ ਪੱਕੇ ਕਰੋ। ਦੁਨੀਆ ਤੇ ਬਹੁਤ ਸਾਰੇ ਸੰਘਰਸ਼ ਹੁੰਦੇ ਆ, ਸਾਰੇ ਸੰਘਰਸ਼ ਜਿੱਤਣ ਲਈ ਨਹੀਂ ਲੜੇ ਜਾਂਦੇ, ਕਈ ਵਾਰੀ ਸੰਘਰਸ਼ ਇਹ ਦੱਸਣ ਲਈ ਲੜੇ ਜਾਂਦੇ ਕਿ ਅਸੀਂ ਹੈਗੇ ਆ, ਅਸੀਂ ਜਿਉਂਦੇ ਜਾਗਦੇ ਆ, ਸਾਡੀ ਹੋਂਦ ਹੈ। ਇਹ ਸੰਘਰਸ਼ ਨੇ ਦੱਸ ਦਿੱਤਾ ਜਲੰਧਰ ਦੇ ਵਿੱਚ ਕਿ ਅਸੀਂ ਜਿਉਂਦੇ ਆ, ਅਸੀਂ ਹੈਗੇ ਆ, ਸਰਕਾਰ ਦੇ ਕੰਨਾਂ 'ਚ ਆਵਾਜ਼ ਪਾ ਦਿੱਤੀ ਗਈ ਆ। ਜੋ ਆਪਨੇ ਅਭੀ ਸੰਘਰਸ਼ ਕੀ ਬਾਤ ਕਰੀ, ਸੰਘਰਸ਼ ਆਪਨੇ ਯਹਾਂ ਪੇ ਕੀਆ, ਤੋ ਲਗਤਾ ਕਿਆ ਲਗਤਾ ਆਪਕੋ ਸੰਘਰਸ਼ ਕੇ ਬਾਅਦ ਸਰਕਾਰ ਸੁਨੇਗੀ ਆਪਕੀ? ਬਿਲਕੁਲ ਸੁਨੇਗੀ, ਪੂਰੇ ਪੰਜਾਬ ਦੇ ਫਾਇਰ ਬ੍ਰਿਗੇਡ ਖਾਲੀ ਪਏ ਨੇ। ਫਾਇਰ ਬ੍ਰਿਗੇਡ ਯੂਨੀਅਨ ਜਿੰਦਾਬਾਦ, ਬ੍ਰਿਗੇਡ ਯੂਨੀਅਨ ਜਿੰਦਾਬਾਦ, ਬ੍ਰਿਗੇਡ ਯੂਨੀਅਨ ਜਿੰਦਾਬਾਦ, ਬ੍ਰਿਗੇਡ ਯੂਨੀਅਨ ਜਿੰਦਾਬਾਦ, ਸਰਕਾਰ ਜਿੰਦਾਬਾਦ, ਸਰਕਾਰ ਜਿੰਦਾਬਾਦ। जी, आखिरी में मेरा आपसे ये सवाल रहेगा, जैसे आप 1.5-2 घंटे हो गए हैं प्रदर्शन आप लगातार कर रहे हो, एज ए यूथ हम देख रहे हैं सर वहाँ पे काफी जाम लगा हुआ है, अभी 2 एम्बुलेंस को बड़ी मुश्किल से निकाला गया है, तो उसपे आप क्या कहेंगे? इस गल नु मद्देनजर रखते हुए एक रोड मेन, एक परे सर्विस रोड शहर लई, मेन हाईवे लुधियाना ते पठानकोट लई बिल्कुल फ्री रखा हुआ, कोई बंद नहीं। दिखाओ कैमरे ते, कौन कहता बंद है, दसो बंद। अभी पीएपी चौक की बात कर रहे हैं सर हम, पीएपी चौक का साडा धरना नहीं, जेडे साडे नाल दे मुलाजम इस धरने च बैठे हुए ने, इस धरने च कोई खराबी उहदे लई मेरे नाल गल करो। पीएपी चौक साडा कोई बंदा नहीं बैठा, दिखाओ जिहड़ा बैठा वहां। हम कह रहे हैं कि कर्मचारी पूरे पंजाब भर दे फायर ब्रिगेडा तो सफाई कर्मचारी वो सारे इस धरने च इत्थे इनवॉल्व।